ਐਨਟੀਏ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਈ ਲੈਵਲ ਐਕਸਪਰਟ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਸਿੱਖਿਆ ਮੰਤਰਾਲੇ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ। 2 ਮਹੀਨਿਆਂ ਦੇ ਵਿੱਚ ਕਮੇਟੀ ਆਪਣੀ ਰਿਪੋਰਟ ਸੌਂਪੇਗੀ। ਐਨਟੀਏ ਦੇ ਕੰਮਕਾਜ ਦੇ ਵਿੱਚ ਬਦਲਾਅ ਬਾਰੇ ਸਿਫਾਰਿਸ਼ ਕਰੇਗੀ ਕਮੇਟੀ। ਪ੍ਰੀਖਿਆ ਨੂੰ ਪਾਰਦਰਸ਼ੀ ਬਣਾਉਣ ਦੇ ਲਈ ਕਮੇਟੀ ਤੋਂ ਸੁਝਾਅ ਮੰਗੇ ਗਏ ਨੇ। ਦਰਅਸਲ ਜਿਸ ਤਰੀਕੇ ਦੇ ਨਾਲ ਨੀਟ ਦੇ ਪੇਪਰ ਨੂੰ ਲੈ ਕੇ, ਨੈੱਟ ਦੇ ਪੇਪਰ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਬਵਾਲ ਜਾਰੀ, ਜਿੱਥੇ ਕਿ ਵਿਦਿਆਰਥੀ ਲਗਾਤਾਰ ਪ੍ਰਦਰਸ਼ਨਕਾਰੀ ਨੇ, ਉੱਥੇ ਵੱਡਾ ਸਿਆਸੀ ਮੁੱਦਾ ਵੀ ਬਣਿਆ ਹੋਇਆ। ਪਿਛਲੇ ਦਿਨੀ ਜੋ ਕਿ ਦਿੱਲੀ ਦੇ ਵਿੱਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ, ਐਨਟੀਏ ਨੂੰ ਭੰਗ ਕਰਨ ਦੀ, ਖਤਮ ਕਰਨ ਤੱਕ ਦੀ, ਬੈਨ ਕਰਨ ਤੱਕ ਦੀ ਮੰਗ ਕਰ ਦਿੱਤੀ ਗਈ। ਅਤੇ ਇਸ ਦੇ ਵਿਚਾਲੇ, ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਐਨਟੀਏ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਈ ਲੈਵਲ ਐਕਸਪਰਟ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਸਿੱਖਿਆ ਮੰਤਰਾਲੇ ਵੱਲੋਂ ਕਮੇਟੀ ਦਾ ਦਰਅਸਲ ਇਹ ਗਠਨ ਕੀਤਾ ਗਿਆ ਅਤੇ 2 ਮਹੀਨਿਆਂ ਦੇ ਵਿੱਚ ਕਮੇਟੀ ਦੇ ਵੱਲੋਂ ਆਪਣੀ ਰਿਪੋਰਟ ਸੌਂਪੀ ਜਾਵੇਗੀ। ਐਨਟੀਏ ਦੇ ਕੰਮਕਾਜ ਦੇ ਵਿੱਚ ਬਦਲਾਅ ਬਾਰੇ ਕਮੇਟੀ ਸਿਫਾਰਿਸ਼ ਕਰੇਗੀ। ਐਨਟੀਏ ਦਰਅਸਲ ਨੈਸ਼ਨਲ ਟੈਸਟਿੰਗ ਏਜੰਸੀ, ਜਿਸ ਦੇ ਵੱਲੋਂ ਕਿ ਪੂਰਾ ਪੇਪਰ ਨੀਟ ਦਾ ਜਿਹੜਾ ਕਿ ਕੰਡਕਟ ਕੀਤਾ ਗਿਆ, ਚਾਹੇ ਨੀਟ ਦਾ ਪੇਪਰ ਹੋਵੇ ਚਾਹੇ ਨੈੱਟ ਦਾ ਪੇਪਰ ਹੋਵੇ, ਇਸੇ ਏਜੰਸੀ ਦੇ ਵੱਲੋਂ ਇਹ ਪੇਪਰ ਕੰਡਕਟ ਕੀਤਾ ਜਾਂਦਾ ਅਤੇ ਇਸ ਨੂੰ ਲੈ ਕੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਅਤੇ ਇਸ ਦੇ ਵਿਚਾਲੇ ਹੁਣ ਵੱਡੇ ਬਦਲਾਅ ਦੀ ਤਿਆਰੀ ਜੋ ਕਿ ਕੀਤੀ ਜਾ ਰਹੀ ਹੈ। ਐਨਟੀਏ ਦੇ ਕੰਮਕਾਜ ਦੇ ਵਿੱਚ ਬਦਲਾਅ ਬਾਰੇ ਹੁਣ ਕਮੇਟੀ ਦੇ ਵੱਲੋਂ ਸਿਫਾਰਿਸ਼ ਕੀਤੀ ਜਾਵੇਗੀ। ਪ੍ਰੀਖਿਆ ਨੂੰ ਪਾਰਦਰਸ਼ੀ ਬਣਾਉਣ ਦੇ ਲਈ ਕਮੇਟੀ ਤੋਂ ਸੁਝਾਅ ਮੰਗੇ ਗਏ ਨੇ।